ਮੇਰੇ ਬਜ਼ੁਰਗੋ, ਮੇਰੀਆਂ ਮਾਤਾਓ, ਮੇਰੇ ਨੌਜਵਾਨ ਵੀਰੋ, ਦੋਸਤੋ, ਤੁਸਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸਾਂ ਸਾਰਿਆਂ ਆਪਣਾ ਕੀਮਤੀ ਟਾਈਮ ਕੱਢਿਆ ਔਰ ਮੈਂ ਇੱਥੇ ਸੁਣਨ ਵਾਸਤੇ ਆਏ। ਮੇਰੇ ਬਜ਼ੁਰਗੋ, ਮੇਰੀਆਂ ਮਾਤਾ, ਮੇਰੇ ਤੁਸਾਂ ਦਾ ਰਿਸ਼ਤਾ ਪਤਾ ਹੈ ਬੜੀ ਮੁਸ਼ਕਿਲ ਹੋਣ ਮੁਸੀਬਤਾਂ ਇੱਥੇ ਪਹੁੰਚੇ ਹੋ। ਤੁਸੀਂ ਦੱਸਣ ਆਏ ਹੋ ਕਿ ਸੁਰਿੰਦਰ ਚੌਧਰੀ ਤੇਰੇ ਪਿੱਛੇ ਹੱਥ ਖੜਿਆ, ਤੇਰੇ ਨਾਲ ਖੜਿਆ। ਚੌਧਰੀ ਸਾਹਿਬ ਆਗੇ ਬੋਲੋ, ਚੌਧਰੀ ਸਾਹਿਬ ਆਗੇ ਬੋਲੋ। ਮੇਰੇ ਬਜ਼ੁਰਗੋ, ਮੇਰੇ ਵੀਰਾ, ਇਹਨੇ 18-19 ਸਾਲਾਂ ਚ ਮੈਂ ਇਲੈਕਸ਼ਨ ਜ਼ਰੂਰ ਹਾਰਿਆ, ਲੇਕਿਨ ਤੁਸਾਂ ਦਾ ਸਾਥ ਨਹੀਂ ਛੋੜਿਆ। ਮੈਂ ਹਮੇਸ਼ਾ ਤੁਹਾਨੂੰ ਇੱਜ਼ਤ ਰਿਹਾ, ਕਦੇ ਇਹ ਸੋਚ ਕੇ ਨਹੀਂ ਮਿਲਿਆ। ਮੈਂ ਕਦੇ ਇਹ ਸੋਚ ਕੇ ਨਹੀਂ ਤੁਹਾਨੂੰ ਵਿਚਾਰਿਆ ਕਿ ਮੈਂ ਤੁਸਾਂ ਕੋਲੋਂ ਵੋਟ ਲੈਣੇ। ਮੈਂ ਹਮੇਸ਼ਾ ਤੁਸਾਂ ਇਹ ਜਤਨਾਨ ਵਰਤੇ ਆਇਆ ਕਿ ਸੁਰਿੰਦਰ ਚੌਧਰੀ ਖਾਲੀ ਵੋਟਾਂ ਦਾ ਨਹੀਂ ਹੈ ਤੁਹਾਨੂੰ, ਮੇਰੇ ਵੀਰੋ, ਮੇਰੇ ਬਜ਼ੁਰਗੋ, ਇਹ ਸੁਰਿੰਦਰ ਚੌਧਰੀ ਤੁਹਾਨੂੰ ਖੁਸ਼ੀ ਔਰ ਗਮੀ ਦਾ ਵੀਰ ਸਾਥੀ ਹੈ। ਮੇਰੇ ਬਜ਼ੁਰਗੋ, ਮੇਰੇ ਵੀਰੋ, ਮੈਂ ਬਿਮਾਰ ਸਾਂ ਮੇਰਾ ਆਪਰੇਸ਼ਨ ਹੋਇਆ ਮੈਂ ਆਪਰੇਸ਼ਨ ਤੋਂ ਬਾਵਜੂਦ ਵੀ ਤੁਸਾਂ ਵਿੱਚ ਖੜਾ ਨਹੀਂ ਪਤਾ ਅਗਰ ਮੈਂ ਨਾ ਖੜਾ ਰਿਹਾ ਤੁਸਾਂ ਸਾਥੀ ਕੋਈ ਨਹੀਂ ਹੋਏਗਾ। ਸਾਹਮਣੇ ਮੇਰੇ ਬਜ਼ੁਰਗੋ, ਮੇਰੇ ਵੀਰੋ, ਮੇਰੇ ਕੋਲ ਪੈਸਾ ਨਹੀਂ ਹੈ, ਮੇਰੇ ਕੋਲ ਸ਼ਰਾਬ ਨਹੀਂ ਹੈ, ਮੇਰੇ ਕੋਲ ਕੋਈ ਅਮਾਨਤ ਹੈ। ਤੁਸੀਂ ਗਰੀਬ ਲੋਕ, ਮੇਰੀ ਅਮਾਨਤ ਹੋ, ਮੇਰੀ ਹਿਫਾਜ਼ਤ ਤੁਸਾਂ ਦੇ ਹੱਥ ਵਿੱਚ ਹੈ। ਬੀਜੇਪੀ ਸ਼ਰਾਬ ਬਣ ਰਹੀ ਹੈ, ਪੈਸਾ ਬਣ ਰਹੀ ਹੈ, ਲੇਕਿਨ ਸੁਰਿੰਦਰ ਚੌਧਰੀ ਤੁਸਾਂ ਨੇ ਸਿੰਪਲ ਇਲੈਕਸ਼ਨ ਲੜ ਰਿਹਾ, ਕਿਆ ਮੇਰਾ ਸਾਥ ਦਿਓਗੇ? ਸੱਚੇ ਦਿਓਗੇ? ਕਿਉਂ ਨਾ ਬੋਲਾ ਦਿਓਗੇ? ਨਾ ਮੇਰੇ ਬਜ਼ੁਰਗੋ, ਮੇਰੇ ਵੀਰੋ, ਯਾਦ ਰੱਖਿਓ, ਇਹ ਇਲੈਕਸ਼ਨ ਨਰਿੰਦਰ ਮੋਦੀ ਔਰ ਡਾਕਟਰ ਫਾਰੂਕ ਅਬਦੁੱਲਾ ਨੇ ਨਹੀਂ ਹੈ, ਇਹ ਇਲੈਕਸ਼ਨ ਅਮਿਤ ਸ਼ਾਹ ਔਰ ਅਬਦੁੱਲਾ ਸਾਹਿਬ ਨੇ ਨਹੀਂ ਹੈ, ਇਲੈਕਸ਼ਨ ਬੀਜੇਪੀ ਔਰ ਨੈਸ਼ਨਲ ਕਾਨਫਰੰਸ ਨੇ ਨਹੀਂ ਹੈ। ਨਿਸ਼ਾਨੇ ਵਿੱਚ ਇਲੈਕਸ਼ਨ ਰਵਿੰਦਰ ਰੈਣਾ ਔਰ ਸੁਰਿੰਦਰ ਚੌਧਰੀ ਦੇ ਵਿੱਚ ਹੈ। ਜਿਨਾ ਸੁਰਿੰਦਰ ਚੌਧਰੀ ਦਾ ਮੇਰੇ ਬਜ਼ੁਰਗੋ, ਮੇਰੇ ਵੀਰੋ, ਕਿਆ ਬੀਜੇਪੀ ਨੇ ਜੋ ਲੈਂਡ ਲੀਡਰ ਤੋਂ ਜਿੱਤ ਗਿਆ ਸੀ, ਇਹਨਾਂ 10 ਸਾਲਾਂ ਹੀ ਤੁਸੀਂ ਲੱਭਾ ਕਦੇ? ਜਵਾਬ 5 ਤਾਰੀਖ
ਤੁਸੀਂ ਹਰ ਨਾ ਬਟਨ ਦਬਾ ਕੇ ਜੋ ਤੀਸਰੇ ਨੰਬਰ ਪਰ ਹੈ ਸੁਰਿੰਦਰ ਚੌਧਰੀ ਕਾਮਯਾਬ ਕਰਨਾ ਹੈ। ਜਨਾਬ ਸੁਰਿੰਦਰ ਚੌਧਰੀ ਸਾਹਿਬ, ਚੌਧਰੀ ਸਾਹਿਬ ਆਗੇ ਬੜੋ। ਮੇਰੇ ਬਜ਼ੁਰਗੋ, ਮੇਰੀਆਂ ਮਾਤਾ, ਮੈਂ 2008 ਪਹਿਲਾਂ ਲਕਸ਼ਮੀ ਸਲਾਕੇ ਚੜਿਆ ਸੀ ਔਰ 18-19 ਸਾਲਾਂ ਬਾਅਦ ਜਦੋਂ ਮੈਂ 2024 ਨਾਲ ਇਲੈਕਸ਼ਨ ਲੜ ਰਿਹਾ, ਮੇਰੇ ਕਿੰਨੇ ਬਜ਼ੁਰਗ, ਮੇਰੀਆਂ ਕਿੰਨੀਆਂ ਮਾਤਾ, ਕਿੰਨੀਆਂ ਭੈਣਾਂ ਵੀਰ ਦੁਨੀਆਂ ਛੋੜ ਕੇ ਚਲੇ ਗਏ, ਸਾਰਾ ਸਾਥ ਛੋੜ ਕੇ ਚਲੇ ਗਏ। ਅੱਜ ਅਸ ਜੋ ਲੋਕ ਇੱਥੇ ਬੈਠੇ ਹਾਂ, ਜਦ 5 ਸਾਲਾਂ ਬਾਅਦ ਮੁੜ ਕੇ ਇਲੈਕਸ਼ਨ ਹੋਏਗਾ, ਕਿਆ ਬਤਾ ਤੁਸੀਂ ਵਿੱਚੋਂ ਕਿੰਨੇ ਹੋਣਗੇ, ਜਾਂ ਮੈਂ ਹੀ ਨਾ ਹਾਂ। ਲੇਕਿਨ ਇਲੈਕਸ਼ਨ ਬੜਾ ਇੰਪੋਰਟੈਂਟ ਇਲੈਕਸ਼ਨ ਹੈ ਮੇਰੇ ਵੀਰੋ, ਯਾਦ ਰੱਖਿਓ। ਅਗਰ ਚਾਹੁੰਦੇ ਹੋ ਸੁਰਿੰਦਰ ਚੌਧਰੀ ਜਿੱਤਾ ਜਿੱਤੇ, ਤੇ ਇਹ ਜਿਹੜੇ 4 ਦਿਨ ਤੁਸਾਂ ਕੋਲ ਬਾਕੀ, ਘਰ ਘਰ ਚਲੇ ਜਾਓ, ਹਰ ਦਰਵਾਜ਼ੇ ਤੇ ਚਲੇ ਜਾਓ, ਭਾਵੇਂ ਝੰਡਾ ਬੀਜੇਪੀ ਨੇ ਉੱਪਰ ਲੱਗਿਆ ਤਾਂ ਵੀ ਮੈਂ ਕੋਲ ਜਾਓ। ਤੁਸੀਂ ਜਾਣਦੇ ਹੋ ਕਿ ਬੀਜੇਪੀ ਨੇ ਲੋਕ ਗੁੰਡਾ ਗੱਡੀ ਨਾਲ ਝੰਡੇ ਲਾ ਕਰਨੇ ਨਹੀਂ ਲਾ ਕਰਨੇ। ਤੁਸਾਂ ਹਰ ਬੰਦੇ ਕੋਲ ਪਹੁੰਚਣਾ, ਮੈਂ ਇੱਕੋ ਚੀਜ਼ ਕਹਿਣੀ ਹੈ, ਇਹ ਸੁਰਿੰਦਰ ਚੌਧਰੀ ਗਰੀਬਾਂ ਦਾ ਲੀਡਰ ਹੈ, ਇਹ ਸੁਰਿੰਦਰ ਚੌਧਰੀ ਕਿਸਾਨਾਂ ਦਾ ਲੀਡਰ ਹੈ, ਇਹ ਸੁਰਿੰਦਰ ਚੌਧਰੀ ਮੁਲਾਜ਼ਮਾਂ ਦਾ ਲੀਡਰ ਹੈ, ਇਹ ਸੁਰਿੰਦਰ ਚੌਧਰੀ ਛੋਟੇ ਵਪਾਰੀਆਂ ਦਾ ਲੀਡਰ ਹੈ। ਅਗਰ ਤੁਸੀਂ ਚਾਹੁੰਦੇ ਹੋ ਕਿ ਸੁਰਿੰਦਰ ਚੌਧਰੀ ਜਿੱਤੇ, ਤੇ ਫਿਰ ਤੁਸੀਂ ਘਰ ਘਰ ਜਾਓਗੇ, ਬਿਲਕੁਲ ਜਾਓਗੇ, ਪੱਕਾ ਜਾਓਗੇ। ਮੇਰਾ ਸਾਰਾ ਗਿਆ ਕਿ ਇਲੈਕਸ਼ਨ ਹਾਰ ਗਏ, ਯਾਦ ਰੱਖਿਓ ਮੇਰੇ ਬਜ਼ੁਰਗੋ, ਮੇਰੇ ਵੀਰੋ, ਤੁਸੀਂ ਵੀ ਬਰਬਾਦ ਹੋ ਜਾਓਗੇ, ਸੁਰਿੰਦਰ ਚੌਧਰੀ ਵੀ ਬਰਬਾਦ ਹੋ ਜਾਏਗਾ। ਅਗਰ ਇਹ ਬਰਬਾਦੀ ਬਚਾਉਣੀ ਹੈ, ਫਿਰ ਜੋਰ ਲਾ ਗਏ ਨਾ, ਪੱਕਾ ਸਾਰੇ ਲਾ ਗਏ। ਮੇਰੇ ਬਜ਼ੁਰਗੋ, ਮੇਰੇ ਵੀਰੋ, ਆਈ ਉਮਰ ਸਾਹਿਬ ਸਾਡੇ ਗਿੱਛਾ ਹੈ, ਇਹ ਮੇਰੇ ਭਰਾ, ਮੈਂ ਨੈਸ਼ਨਲ ਬੀਜੇਪੀ ਚ ਗਿਆ ਸਾ, ਤੂੰ ਜਾਣੇ ਨਾ, ਔਰ 1 ਸਾਲ ਮੈਂ ਉੱਥੇ ਰਿਹਾ। ਲੱਦਾਖ ਵਿੱਚ 6 ਡਿਸਟ੍ਰਿਕਟ ਦਿੱਤੇ ਗਏ, ਕਿਆ 6ਵਾਂ ਡਿਸਟ੍ਰਿਕਟ ਨਿਸ਼ਾਨਾ ਨਹੀਂ ਸੀ ਹੋ ਸਕਦਾ? ਇਹ ਜੋ ਬੀਜੇਪੀ ਦਾ ਕੈਂਡੀਡੇਟ ਹੈ, ਕਿਆ ਨਹੀਂ ਸੀ ਲਿਆ ਸਕਣਾ? ਬੋਲੋ, ਲਾ ਸਕਣਾ ਸੀ ਜਾਂ ਨਹੀਂ ਸੀ ਲਿਆ ਸਕਣਾ? ਇਸ ਅੰਦਰ ਤਾਂ ਫਿਰ ਵੋਟ ਪਾਉਣੇ ਚਾਹੀਦੇ ਸੀ। ਮੇਰੇ ਬਜ਼ੁਰਗੋ, ਮੇਰੇ ਵੀਰੋ, ਇਹ ਨਿਸ਼ਾਨਾ ਹਸਪੀਟਲ ਹੈ, ਇਸ ਹਸਪੀਟਲ ਦੇ ਅੰਦਰ ਨਾ ਡਾਕਟਰ, ਨਾ ਐਕਸਰੇ ਮਸ਼ੀਨਾਂ, ਨਾ ਅਲਟਰਾਸਾਊਂਡ, ਨਾ MRI ਇੱਥੇ ਹੈ, ਤੇ ਸਿਰਫ ਮੁੱਢੇ ਖਾਣਾ ਜਿੱਥੇ ਪੋਸਟਮਾਰਟਮ ਹੋਣਾ ਖਾਲੀ, ਇਸ ਤੋਂ ਜ਼ਿਆਦਾ ਕੁਛ ਆਇਆ ਗਿਆ? ਤੇ ਸਾਡੀਆਂ ਬੱਚੀਆਂ, ਸਾਡੀਆਂ ਧੀਆਂ ਜਿਹੜੀਆਂ ਸਨ, ਇਸ ਹਸਪੀਟਲ ਦੇ ਅੰਦਰ ਆਈਆਂ, ਜੋ ਡਿਲੀਵਰੀ ਕੇਸ ਸੀ, ਉਹ ਡਿਲੀਵਰੀ ਕੇਸ ਨੇ ਟਾਈਮ ਤੇ ਇੱਥੇ ਉਹਨੇ ਬੇਹੋਸ਼ੀ ਵਾਲਾ ਡਾਕਟਰ ਨਹੀਂ ਮਿਲਿਆ, ਸਾਡੀ ਬੱਚੀਆਂ ਹੀ ਇੱਥੇ ਡਾਕਟਰ ਨਾ ਮਿਲਣੇ ਕਾਰਨ ਕਿਤਨੇ ਘੜੀ ਬੱਟੀਆਂ ਨੇ ਪੇਟ ਵਿੱਚ ਬੱਚੇ ਮਰ ਗਏ, ਸਾਡੀਆਂ ਬੱਚੀਆਂ ਮਰ ਗਈਆਂ। ਕਿਆ ਇਹ ਬੀਜੇਪੀ ਦਾ ਕੈਂਡੀਡੇਟ ਦੱਸਾਂ, ਸਾਰੇ ਜੋ ਬੱਚੀਆਂ ਔਰ ਬੱਚੇ ਮਾਰੇ ਗਏ ਇਸ ਹਸਪੀਟਲ ਦੇ ਅੰਦਰ, ਵਾਪਸ ਲਾ ਸਕਣਾ? ਨਹੀਂ ਲਾ ਸਕਣਾ। ਇਸ ਵਾਸਤੇ ਮੇਰੇ ਬਜ਼ੁਰਗੋ, ਮੇਰੇ ਵੀਰੋ, ਮੁੱਦੇ ਬਹੁਤ, ਮੈਂ ਰੋਜ਼ ਤੁਹਾਨੂੰ ਗੱਲਾਂ ਕਰਨਾ, ਅੱਜ ਤੁਸੀਂ ਉਮਰ ਸਾਹਿਬ ਵੀ ਸੁਣਨ ਆਏ ਹੋ, ਇਸ ਵਾਸਤੇ ਮੈਂ ਜ਼ਿਆਦਾ ਦੇਰ ਸਮਝ ਨਹੀਂ ਰਹਾਂਗਾ। ਅਗਰ ਚਾਹੁੰਦੇ ਹੋ ਕਿ ਸੁਰਿੰਦਰ ਚੌਧਰੀ ਜਿੱਤੇ, ਤਾਂ ਯਾਦ ਰੱਖਿਓ ਅੱਜ ਪੂਰਾ ਜਿਤਨਾ ਵੀ ਐਡਮਿਨਿਸਟ੍ਰੇਸ਼ਨ ਹੈ, ਜਿਤਨਾ ਵੀ ਅਮਲਾ ਜਾਮਲਾ ਗਵਰਨਮੈਂਟ ਹੈ, ਕਿਆ ਵਿਕਿਆ ਜਾਂ ਨਹੀਂ ਵਿਕਿਆ? ਵਿਕਿਆ। ਕਿਆ ਬੀਜੇਪੀ ਸ਼ਰਾਬ ਦੀਆਂ ਗੱਡੀਆਂ ਭੋਣ ਰਹਾ? ਨਹੀਂ।
ਸਾਡੀ ਗੱਡੀਆਂ ਪੋੜ ਰਿਹਾ ਸਾਡੇ ਬੱਚੇ ਅਗਰ ਪਕੜਨ ਤਾਂ ਉਹਨਾਂ ਤੋਂ ਪਰਚੇ ਲਾ ਦੇਣੇ ਇਸ ਵਾਸਤੇ ਨੌਜਵਾਨ ਮੈਂ ਤੁਸੀਂ ਸਾਰੇ ਇਸ ਮੰਚ ਤੋਂ ਅਪੀਲ ਕਰ ਲਿਆ ਤੁਸੀਂ ਕੋਈ ਲੜਾਈ ਝਗੜਾ ਨਹੀਂ ਕਰਨਾ ਕਿਉਂਕਿ ਇਹਨਾਂ ਬੀਜੇਪੀ ਵਾਲੇ ਨੌਜਵਾਨ ਲੜਾਈ ਝਗੜਾ ਕਰਨਾ ਚਾਹੁੰਦੇ ਸਾਡੇ ਬੱਚੇ ਮੈਂ ਤੁਸੀਂ ਸਾਰੇ ਅਪੀਲ ਕਰਾਂਗਾ ਕਿ ਕੋਈ ਲੜਾਈ ਝਗੜਾ ਨਹੀਂ ਕਰਨਾ ਕੋਈ ਤੁਸੀਂ ਐਸਾ ਕੰਮ ਨਹੀਂ ਕਰਨਾ ਜੋ ਬੀਜੇਪੀ ਮੌਕਾ ਮਿਲਦਾ ਅਗਰ ਸ਼ਰਾਬ ਦੀਆਂ ਦੁਕਾਨਾਂ ਸ਼ਰਾਬ ਦੀਆਂ ਗੱਡੀਆਂ ਜਾਣੀਆਂ ਜਾਣ ਦਿਓ ਪੈਸਾ ਬੰਨਣੇ ਬੰਨਣ ਦਿਓ ਔਰ ਖਾਸ ਕਰ 24 ਦੀ ਜੋ ਰਾਤ ਹੈ ਆਪਣੇ ਘਰੋਂ ਬਾਹਰ ਮਤ ਨਿਕਲਿਓ ਇਹਨੇ ਜੋ ਕਰਨਾ ਕਰਨ ਦਿਓ ਜੇ ਹਾਰ ਜਿੱਤ ਰੱਬ ਨੇ ਹੱਥ ਵਿੱਚ ਹੈ ਅਗਰ ਉਸ ਮਾਲਕ ਨੇ ਸਾਡੀ ਜਿੱਤ ਲਿਖੀ ਹੋਏਗੀ ਔਰ ਅਸ ਸਾਰੇ ਮਿਹਨਤ ਕਰਾਂਗੇ ਤਾਂ ਅਸੀਂ ਕੋਈ ਨਹੀਂ ਰਾਹ ਪਾਵੇਗਾ ਇਹ ਸੱਜਾ ਚੌਧਰੀ ਦਾ ਤਖਤ ਬਦਲ ਦੋ ਤਾਜ ਬਦਲ ਦੋ ਤਖਤ ਬਦਲ ਦੋ ਤਾਜ ਬਦਲ ਦੋ ਮੇਰੇ ਬਜ਼ੁਰਗੋ ਮੇਰੇ ਵੀਰੋ ਇਹਨਾਂ 18-19 ਸਾਲਾਂ 'ਚ ਮੈਂ ਆਪਣੇ ਬੱਚਿਆਂ ਦਾ ਬਚਪਨ ਨਹੀਂ ਦੇਖਿਆ ਮੈਂ ਤੁਸਾਂ ਨੇ ਟੁੱਕਰ ਟਿੱਕੀ ਖਾਂਚ ਰਿਹਾ ਮੈਂ ਕੁਛ ਜ਼ਿੰਦਗੀ 'ਚ ਨਹੀਂ ਕਮਾਇਆ ਕੋਈ ਪੈਸਾ ਨਹੀਂ ਕਮਾਇਆ ਮੈਂ ਕਮਾਇਆ ਤੇ ਤੁਸਾਂ ਹੀ ਕਮਾਇਆ ਜੋ ਤੁਸੀਂ ਸਾਰੇ ਅੱਜ ਤੇ ਗਰੀਬ ਬੈਠੇ ਮੇਰੀ ਕਮਾਈ ਹੈ ਨਾ ਸੁਰਿੰਦਰ ਚੌਧਰੀ ਸਾਹਿਬ ਚੌਧਰੀ ਸਾਹਿਬ ਆਗੇ ਬੜੋ ਇਸ ਵਾਸਤੇ ਬੀਜੇਪੀ ਨੇ ਬੜੇ ਹੱਥ ਗੰਢੇ ਹੋ ਸਨ ਬੜੇ ਆਡੀਓ ਵੀਡੀਓ ਤੋਂ ਦੇਖਣੇ ਹੋ ਵਾਰੇ ਕਰਿਆ ਕਰਨੇ ਮੇਰੀ ਖਾਸ ਕਰਕੇ ਰਵਿੰਦਾਸੀ ਬਰਾਦਰੀ ਨਾਲ ਅਪੀਲ ਹੈ ਅੱਜ ਆਗੇ ਸੁਰਿੰਦਰ ਚੌਧਰੀ ਲੀਡਰ ਹੈ ਤੇ ਮੈਂ ਇਸ ਮੰਚ ਤੋਂ ਕਹਿ ਰਿਹਾ ਤੁਸੀਂ ਅਗਰ 2008 ਵਿੱਚ ਸਮੀ ਵੋਟ ਨਾ ਪਾਇਆ ਹੋਇਆ ਰਵਿੰਦਾਸੀ ਬਰਾਦਰੀ ਨੇ ਤਾਂ ਇਸ ਸੁਰਿੰਦਰ 2014 ਨਾਲ ਜਨਸੀ ਨਾਲ ਕੈਂਡੀਡੇਟ ਨਾ ਹੋਇਆ ਨਾ ਸੁਰਿੰਦਰ ਚੌਧਰੀ ਦਾ ਤੁਸੀਂ ਅਮਦਾਦ ਤੇ ਸੁਰਿੰਦਰ ਚੌਧਰੀ ਹੈ ਸਿਰਫ ਕਿਉਂਕਿ ਤੁਸੀਂ ਸਾਡਾ ਸ਼ਾਦੀ ਔਰ ਖੁਸ਼ੀ ਔਰ ਕਮੀ ਨਾਲ ਰਿਸ਼ਤਾ ਹੈ ਮੇਰੇ ਵੀਰੋ ਮੇਰਾ ਸਾਥ ਮਤ ਛੋੜਿਓ 2008 ਤੋਂ ਲੈ ਕੇ ਤੁਸੀਂ ਅੱਜ ਤੱਕ ਚੱਲ ਰਹੇ ਹੋ ਇੱਕ 2024 ਤੱਕ ਚੱਲ ਰਹੇ ਹੋ ਅਗਲੇ ਲਕਸ਼ਮੀ ਪਵੇ ਮੇਰੇ ਨਾਲ ਚੱਲ ਰਹੇ ਹੋ ਇਹ ਲਾਸਟ ਮੌਕਾ ਹੈ ਮੇਰੇ ਨਾਲ ਖੁੱਲ ਕੇ ਚੱਲ ਜਾਇਓ ਜੋ ਕਹਿੰਦੇ ਬੀਜੇਪੀ ਨਾਲ ਤੁਸੀਂ ਅੰਦਾਜ਼ ਨਹੀਂ ਹੈ ਨੈਸ਼ਨਲ ਕਾਨਫਰੰਸ ਆਖਿਰ ਵਿੱਚ ਮੈਂ ਸਿਰਫ ਇਤਨੀ ਤੁਸੀਂ ਅਪੀਲ ਕਰਾਂਗਾ ਕਿ 25 ਤਾਰੀਖ ਸਵੇਰੇ ਜਲਦੀ ਉੱਠ ਕੇ ਤੁਸੀਂ ਆਪਣਾ ਵੋਟ ਪਾਉਣਾ ਜੋ ਪੋਲਿੰਗ ਏਜੰਟ ਹੋਣਗੇ ਨਾ ਆਪੇ ਜਾਣੀ ਵੋਟ ਪਾਉਣਾ ਨਾ ਦੂਏ ਤੁਸੀਂ ਜਾਣੀ ਵੋਟ ਪਾਉਣ ਦੇਣਾ ਪਰ ਜਿਹੜਾ ਗੱਡੀਆਂ ਮਸ਼ੀਨਾਂ ਸ਼ਾਮ ਕੋ ਲੈ ਕੇ ਨਿਕਲਣਗੀਆਂ ਉਹ ਗੱਡੀਆਂ ਦੇ ਨਾਲ ਪਿੱਛੇ ਪਿੱਛੇ ਆਪਣੀ ਗੱਡੀ ਰੱਖਿਓ ਤੇ ਇਹਨਾਂ ਵਾਲੀ ਮਸ਼ੀਨਾਂ ਬਦਲੀਆਂ ਜਾਣ ਕਿਉਂਕਿ ਅੱਜ ਕੁਛ ਵੀ ਹੋ ਸਕਣਾ ਨਸ਼ਾ ਰਾਣੀ ਸੀ ਜੋ ਅੱਜ ਪੂਰੇ ਹਿੰਦੁਸਤਾਨ 'ਚ ਮਸ਼ਹੂਰ ਹੋਈ ਸੀਕ ਹੈ ਸਾਰੇ ਜੰਮੂ ਕਸ਼ਮੀਰ ਨੇ ਨਜ਼ਰਾਂ ਨਿਸ਼ਾਰਾ ਨਹੀਂ ਸੀਕ ਪਲੈ ਇਸ ਵਾਸਤੇ ਇੱਥੇ ਹਰ ਚੀਜ਼ ਨਾਲ ਹੋ ਸਕਦਾ ਤੁਸਾਂ ਮੇਰਾ ਸਾਥ ਦੇਣਾ